ਹਾਂਜੀ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਜੀ ਪਿੰਡ ਮੱਤੇਵਾਲ ਜੀ, ਜ਼ਿਲ੍ਹਾ ਅੰਮ੍ਰਿਤਸਰ ਪਿੰਡ, ਤਹਿਸੀਲ ਬਾਬਾ ਬਕਾਲਾ ਪੈਂਦੀ ਹੈ ਜੀ। ਅੱਜ ਫਿਰ ਆਪਾਂ ਬਾਈ ਨਿੰਮੇ ਨਾਲ ਆ ਚੁੱਕੇ ਜੀ। ਆਪਾਂ ਇਹਨਾਂ ਬਾਈਆਂ ਅੱਗੇ ਵੀਡੀਓ ਬਹੁਤ ਬਣਾਈਆਂ ਜੀ। ਆਪਾਂ ਵਧੀਆ ਪਛੇ ਹੁੰਦੇ ਜੀ, ਅੱਜ ਤੋਂ ਛੋਟੇ ਛੋਟੇ ਭਾਅ ਰਹੇ ਹਾਂ। ਮੱਝਾਂ ਸੇਲ ਆ ਬਾਈ ਨਿਕਲ ਜੀ, ਕਿਆ ਹੁਣ ਬਾਈ ਜੀ ਗੱਲਬਾਤ ਕਰੀਏ, ਇਹਨਾਂ ਪ੍ਰਾਈਜ਼ ਕੀ ਆ, ਇਹ ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵੀਰ ਜੀ ਕੈਸੇ ਹੋ ਪਹਿਲਾਂ, ਇਹ ਜਿਹੜੇ ਵੀਰ ਪਹਿਲੇ ਵੀਰ ਵਿਖ ਰਹੇ ਆ ਉਹਨਾਂ ਵੀ ਦੇਖ ਕੇ ਇੱਥੇ ਕਿ ਆਪਣੇ ਜਿਹੜੇ ਸਬਸਕ੍ਰਾਈਬਰ ਜੀ, ਇਹ ਕੰਟੀਨਿਊ ਆਪਣੇ ਜੋ ਦੁਕਾਨ ਦਾ ਆਏਗਾ ਨਹੀਂ ਜੋ ਆਏਗਾ ਜੀ। ਇੱਕ ਹੋਰ ਗੈਸਟ ਆ, ਇੱਥੇ ਆਓ, ਇੱਕ ਟਾਈਮ ਦੋ ਟਾਈਮ ਚੁਆਈ ਕਰੋ ਅਤੇ ਪਾਸ ਕਰ ਲੈ ਕੇ ਜਾਓ। ਹੁਣ ਬਾਈ ਜੀ ਨੇ ਗੱਲਬਾਤ ਕਰੀਏ ਜੀ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਕਿੱਦਾਂ? ਵਧੀਆ ਵਧੀਆ, ਕਿਰਪਾ ਮਾਲਕ ਦੀ ਕਲਾ। ਚਲੋ ਸ਼ਾਦੀ ਕਰ ਰੱਖੇ। ਹੋਰ ਅੱਜ ਫੇਰ ਬੜਾ ਦਿਨ ਲੱਗਾ ਸੀ, ਬਹੁਤ ਗਰਮੀ ਆ ਜੀ, ਬਹੁਤ ਜ਼ਿਆਦਾ ਲੱਗਾ। ਝੋਟੀ ਪਾਈ ਸੰਦੀਪ ਸਿੰਘ ਹਾਲੇ ਤੱਕ ਫੋਨ ਆਈ ਜਾਂਦੇ, ਬਹੁਤ ਜ਼ਿਆਦਾ ਚੰਗਾ। ਬਹੁਤ ਜ਼ਿਆਦਾ ਮੋਗਿਆਂ ਵੀਰਾਂ ਨੇ ਬੜਾ ਫੋਨ ਕੀਤਾ, ਜਿਹੜੇ ਬੰਦੇ ਨੇ ਲਈ ਨਾ ਸਾਡੇ ਲਾਗੇ ਦੇ ਬਟਾਲੇ ਦੇ ਬੰਦੇ, ਉਹਨਾਂ ਵੀਰਾਂ ਨੇ ਆਖਿਆ ਵੀ ਚਲੋ ਭਾਜੀ ਸਾਨੂੰ ਇਹ ਉਹਨਾਂ ਕੋਲ ਮੁਨਾਫੇ ਨਾ ਲੈ ਦੋ। ਮੈਂ ਸਿੱਧਾ ਚਲੋ ਫੋਨ ਕਰਤਾ ਸਾਨੂੰ ਕਿ ਨੰਬਰ ਦੇ ਦਿੱਤਾ ਉਹਨਾਂ ਨੂੰ ਬਟਾਲੇ ਵਾਲਿਆਂ ਦਾ, ਤੇ ਸੰਦੀਪ ਸਿੰਘ ਨਹੀਂ ਉਹਨਾਂ ਬੰਦਿਆਂ ਦਿੱਤੀ ਨਹੀਂ ਅਸਲ 'ਚ, ਮੈਂ ਮੋਗੇ ਚਲੇ ਗਈ ਉਹ ਨਹੀਂ ਬਟਾਲੇ ਦੇ ਬੰਦਿਆਂ ਦੇ। ਅੱਛਾ, ਉਹ ਮੋਗੇ ਵਾਲੇ ਬੰਦੇ ਮੰਗਦੇ ਸੀ ਉਹਨਾਂ ਕੋਲ ਮੈਂ। ਅੱਛਾ ਠੀਕ ਹੈ, ਦੋ ਤਿੰਨ ਹਜ਼ਾਰਾਂ ਦੇ ਮੁਨਾਫਾ ਅਸੀਂ ਭਰ ਦਿੰਦੇ ਹਾਂ ਅਤੇ ਚੱਲ ਮੈਂ ਸਾਨੂੰ ਲੈ ਦੂੰ। ਅਤੇ ਚਲੋ ਉਹ ਬੰਦਿਆਂ ਨੇ ਅਸੀਂ ਘਰ ਚੋਣ ਆ ਕੇ ਲਈ ਆ, ਮੈਂ ਭਾਜੀ ਨਹੀਂ ਅਸੀਂ ਦੇਣੀ। ਚੰਗੀ ਝੋਟੀ, ਚਲੋ ਵੀ ਵਧੀਆ, ਸਾਰਾ ਹੀ ਮਾਲ ਸੰਦੀਪ ਸਿੰਘ ਮਾਲਕ ਦੀ ਕਿਰਪਾ ਨਾਲ ਉਸ ਨੂੰ ਵੇਖਿਆ। ਠੀਕ ਹੈ ਜੀ। ਸੰਦੀਪ ਸਿੰਘ ਭਾਵੇਂ ਵੀਡੀਓ 'ਤੇ ਚਲੋ ਲੋਕ ਦੋ ਚਾਰ ਹਜ਼ਾਰ ਲੋਕ ਵੇਖਦਾ ਵਾ, ਹਾਂਜੀ ਜੀ, ਅਤੇ ਪਰ ਇਹ ਆ ਵੀ ਮਹੀਆਂ ਦੇ ਦੋਵਾਂ ਚੌਵਾਂ ਬੰਦਿਆਂ ਨੇ ਲੈਣੀਆਂ ਹੁੰਦੀਆਂ ਨੇ, ਪਰ ਇਹ ਆ ਵੀ ਬਹੁਤ ਚੰਗਾ ਮਤਲਬ ਕਿਰਪਾ ਉਸ ਮਿਲ ਗਿਆ ਤੁਹਾਡੇ ਵੀਡੀਓ ਦੇ ਨਾਲ, ਬਹੁਤ ਹੀ ਵਧੀਆ ਮਾਲਕ ਦੀ ਕਿਰਪਾ ਚੱਲ ਰਿਹਾ ਕੰਮ, ਮਾਲ 'ਤੇ ਚਲੋ ਅੱਗੇ ਵੇਖਦਾ, ਹਾਂਜੀ ਜੀ, ਉੱਦਾਂ ਵੀ ਵੇਖਦਾ ਵਾ, ਚਲੋ ਰੋਜ਼ ਦਾ ਕੋਈ ਦੋ ਇੱਕ ਦੋ ਸੰਦੀਪ ਸਿੰਘ ਮਾਲ ਵੇਖ ਹੀ ਜਾਂਦਾ ਇੱਕ ਵੇਖੀ, ਕਿਸੇ ਦਿਨ ਦੋ ਵੇਖੀਆਂ, ਕਿਸੇ ਦਿਨ ਚਾਰ ਵੇਖੀਆਂ, ਚਲੋ ਕਿਸੇ ਦੀਆਂ ਉਹਦੀ ਗੱਲ ਖਣੋ ਭਾਵੇਂ ਮੰਗੇ ਦੀ ਗੱਲ ਖਣੋ, ਕਿਸੇ ਦੀਆਂ ਦੋ ਵੱਧ ਵੇਖ ਗਿਆ, ਦੋ ਘੱਟ ਵੇਖ ਗਿਆ, ਕੰਮ ਤੇ ਸੰਦੀਪ ਸਿੰਘ ਇਹ ਵੀ ਕਰਨਾ ਹੋ ਰਿਹਾ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਇੱਦਾਂ ਵਾ ਵੀ ਮਹੀਆਂ ਅੱਜ ਬਹੁਤ ਵਧੀਆ ਸੰਦੀਪ ਸਿੰਘ ਝੋਟੀਆਂ ਮਹੀਆਂ ਵਾ ਝੋਟੀਆਂ, ਕੱਲ ਚਾਰ ਹੀ ਉਤਰਾ ਪਹਿਲਣਾ ਝੋਟੀਆਂ ਸੋਚਾਂ, ਹਾਂਜੀ ਵਿੱਚੋਂ ਵੇਖੀਆਂ ਵਾ, ਤੇ ਦੋ ਸੰਦੀਪ ਸਿੰਘ ਝੋਟੀਆਂ ਪਹਿਲਣਾ ਵਾ, ਤੇ ਇੱਕ ਆ ਤੀਜੇ ਸੂਏ ਮੈਂ ਵਾ, ਦੋ ਦੂਜੇ ਸੂਏ ਚੰਗੀਆਂ ਮਤਲਬ ਚੰਗੀਆਂ ਦੁੱਧ ਵਾਲੀਆਂ ਮਤਲਬ ਕੀ ਗੱਲ ਇਸ ਤਰ੍ਹਾਂ ਵਾ, ਹਾਂਜੀ ਦੁੱਧ ਮਤਲਬ ਕੱਟੀਆਂ ਸਾਡੀਆਂ ਪਹਿਲਾਂ ਵੀ ਗੜੀਆਂ ਵਾ ਵੀ 12-12 ਕਿਲੋ ਦੁੱਧ ਐਰਕਾ ਕੱਢਣਾ, ਠੀਕ ਹੈ ਜੀ, 8-9 ਕਿਲੋ ਬੋਲਾ ਵਾ, ਚਲੋ ਚਲਾਈਏ ਕੰਮ, ਚਲੋ ਇਹ ਸੂਆ ਭਾਅ ਜੀ ਨੀਲਾ ਸੂਆ ਤੇ ਗਿਆ ਮੈਂ ਦਾ, ਹਾਂਜੀ ਜਿਹੜੇ ਬੰਦਿਆਂ ਕੋਲ ਲਈ ਉਹ ਜਾਂਦੇ ਵੀ ਦੁੱਧ 13-14 ਕਿਲੋ ਕੱਢਦੀ ਆ, ਠੀਕ ਹੈ ਜੀ, ਤੇ ਖੋਲੋ ਵੀ ਜੀ, ਆ ਦੇਖੋ ਜੀ ਬਿਲਕੁਲ ਜੈਡ ਬਲੈਕ ਹੀ ਹੈ, ਸੋਹਣੀ ਝੋਟੀ ਹੈ ਜੀ, ਤੇ ਬਾਕੀ ਇਹ ਦੇਖੋ ਥਾਂ ਲੈਵਾ, ਅੱਜ ਸੂਈ ਕੱਟੀ ਜੀ, ਨਹੀਂ ਕੱਟਾ, ਆ ਦੇਖੋ ਸੋਹਣੀ ਝੋਟੀ ਹੈ, ਆ ਦੇਖੋ ਬਿਲਕੁਲ ਜੈਡ ਬਲੈਕ ਹੈ ਜੀ, ਕਾਲੀ ਸ਼ਾਹ ਬਿਲਕੁਲ ਲਿਆਓ, ਮੋੜ ਲਓ ਜੀ ਮੋੜ, ਆ ਦੇਖੋ ਠੀਕ, ਚੁਆਈ ਵਧੀਆ ਭਾਅ ਜੀ ਬਿਲਕੁਲ, ਬਹੁਤ ਚੰਗੀ ਸੰਦੀਪ ਸਿੰਘ, ਸਵੇਰੇ ਨਾ ਮਤਲਬ ਕਿ ਜਦੋਂ ਸੂਈ ਹੈ ਨਾ ਬਨੇਰੇ, ਹਾਂਜੀ, ਉਦੋਂ ਆਪਣਾ ਗੱਲ ਇਸ ਤਰ੍ਹਾਂ ਵਾ ਵੀ 2 ਕਿਲੋ ਚੋਇਆ ਵਾ, ਹਾਂਜੀ, ਮੈਂ ਇਹਨੂੰ ਦੱਸਤਾ ਤੇ ਕੋਈ ਬੱਚੇ ਨੂੰ ਚੰਗਾਤਾ, ਬੱਚਾ ਵਾਲਾ ਹਜ਼ਾਰ ਆ, ਬੱਚਾ ਤੋਂ ਉਤਰਾ ਬਨੇਰੇ ਜਦੋਂ 3-4 ਵਜੇ ਸੂਈ ਹੈ ਨਾ, ਹਾਂਜੀ, ਉਦੋਂ ਵੀ ਮਤਲਬ ਕਿ ਭਾਜ ਭਾਜ ਪੈਂਦਾ ਸੀ ਨਾ ਥੋੜ੍ਹੀ, ਮੈਂ ਨਾ ਉਧਰ ਕੇ ਸੂਕੀ ਜਿੱਦਾਂ ਸ਼ਹਿਰ ਜੇ ਵਾਲਾ ਮਤਲਬ ਕਿ ਗੱਲ ਇਸ ਤਰ੍ਹਾਂ ਵਾ ਵੀ ਹੁੰਦਾ ਵਾ ਨਾ ਮਤਲਬ ਕਿ ਦੁੱਧ, ਅੱਛਾ ਜੀ, ਦੁੱਧ ਯਾਨੀ ਸ਼ਹਿਦ ਜਿਹਾ ਮਤਲਬ ਕਿ ਜਿਹੜਾ, ਠੀਕ ਠੀਕ ਹੈ ਜੀ, ਤੇ ਮਤਲਬ ਕਿ ਦੁੱਧ ਵਾਲੀ ਮੈਂ, ਬਾਕੀ ਮਾਲਕ ਦੀ ਕਿਰਪਾ ਉਹਦੇ ਹੱਥ ਵਾਸ ਵਾ ਸੰਦੀਪ ਸਿੰਘ, ਸੂਆ ਇਹ ਸੂਏ ਦਾ ਦੁੱਧ, ਹਾਂਜੀ ਹਾਂਜੀ, ਪਿਛਲੇ ਸੂਏ ਤੋਂ ਬੰਦਿਆਂ ਦੇ ਪਹਿਲੇ ਸੂਏ 12 ਕਿਲੋ ਦੁੱਧ ਕੱਢਿਆ, ਹਾਂਜੀ, ਦੂਜੇ ਸੂਏ 13-14 ਕਿਲੋ ਵਿੱਚ ਹੋਇਆ, ਹਾਂਜੀ ਹਾਂਜੀ, ਇਹਦਾ ਸੂਆ ਤੀਜਾ ਵਾ, ਹਾਂਜੀ, ਨਹੀਂ ਤਾਂ ਹੋ ਸਕਦਾ ਵਾ ਵੀ 15 ਵੀ ਕਰਦੇ, ਨਹੀਂ ਤਾਂ 12-13 ਕਿਲੋ ਦੁੱਧ ਸਾਡੀ ਗਰੰਟੀ ਕਰੋਗੇ ਨਾ, ਇਹਨਾਂ ਤੇ ਕੱਢਣਾ ਚਾਹੀਦਾ, ਹਾਂਜੀ ਹਾਂਜੀ, ਤੇ ਸੰਦੀਪ ਸਿੰਘ ਮੁੱਲ ਜੈ ਜਿਹਾ ਉਤਰਾ 85 ਵੀ ਕਰ ਲਈਏ, 80 ਵੀ ਕਰ ਲਈਏ, 76,000 ਤੋਂ ਵੱਧ ਨਹੀਂ ਮਤਲਬ ਕਿ ਪਾਉਣਾ ਰੇਟ, 76 ਚਲੋ ਹਜ਼ਾਰ ਉੱਤੇ ਪਾ ਗਿਆ ਵਾ, ਪਰ ਮੈਂ ਚੰਗੀ ਚੰਗੀ ਮੈਂ ਚੰਗੀ ਥੋੜਾ ਮੁਨਾਫਾ ਆਪਣਾ ਲੈ ਕੋਈ ਪਹਿਲਾ ਹੋਗਾ ਸੰਦੀਪ ਸਿੰਘ, ਪਰ ਬੁਰੀ ਆ ਕੱਟੀ ਜੀ ਮਗਰ ਕੱਟਾ ਕੱਲ੍ਹ ਸਭ ਦੋ ਰੁਕੀਆਂ ਸੀ ਨਾ, ਹਾਂਜੀ, ਉਹਨਾਂ ਦੇ ਮਗਰ ਕੱਟੀਆਂ ਸੀ, ਇਹਨਾਂ ਦੇ ਮਗਰ ਕੱਟੇ ਇਕਦਮ, ਠੀਕ ਤੇ ਕਿੰਨੇ ਦੁੱਧ ਭਾਜੀ ਇਸ ਟਾਈਮ? ਸੰਦੀਪ ਸਿੰਘ ਦੁੱਧ 9 ਕਿਲੋ 9 ਕਿਲੋ ਪਰਸੋਂ ਦੀ ਸੂਈ ਆ, ਠੀਕ ਹੈ ਜੀ, ਅੱਜ 9-8 ਦੀ ਗਰੰਟੀ, 8 ਦੀ ਗਰੰਟੀ, ਬਾ ਠੀਕ, ਆ ਦੇਖੋ ਜੀ ਬੂਰੀ ਪਹਿਲਾ ਸੂਆ ਜੀ, ਆ ਦੇਖੋ ਘੁਮਾ ਲਿਓ ਜੀ, ਆ ਲੈ ਆ ਲੈ।
ਬਿਲਕੁਲ ਜੀ ਭਾਜੀ ਚੋਣ ਵੀ ਬਹੁਤ ਚੰਗੀ ਖਾਣ ਖੁਣ ਬੜਾ ਵਧੀਆ ਬਣਾਉਂਦੀ ਆ ਕਣਕ ਠੀਕ ਹੈ ਹਾਂਜੀ ਮਾੜੀ ਮੋੜੀਆਂ ਦੇ ਭਾਲ ਭੁੱਲ ਗਈ ਆ ਵੱਡੀ ਝੋਟੀ ਆ ਸਲੀਖਿਆ ਤੇ ਬੋਲ ਤੇ ਦੀਕਾ ਸਾਹਿਬ ਜਿਹਦੀ ਬੁਰੀ ਝੋਟੀ ਜਿੱਦਾਂ ਮਤਲਬ ਕਿ ਗੱਲ ਇੱਦਾਂ ਵਾ ਵੀ ਕਹਿ ਸਕੀਦਾ ਵੀ ਇਹਦੇ ਥੱਲੇ 12 ਲੀਟਰ ਦੁੱਧ ਪਰ 12 ਆਪਾਂ ਸਲੀਖਾ ਕਹਿਣਾ ਨਹੀਂ ਚੱਡੇ ਦੇ ਹਿਸਾਬ ਨਾਲ ਵੇਚ ਕੇ ਹਾਂਜੀ ਦੁੱਧ ਮੈਂ ਕੋ 9 ਲੀਟਰ 8 ਲੀਟਰ ਦੀ ਹੁਣ ਗਰੰਟੀ ਬੋਲਾ ਵਾ ਠੀਕ ਹੈ ਜੀ ਤਿੰਨ ਦਿਨ ਹੋ ਜੇ ਸੂਈ ਨੂੰ ਆ ਬੱਚਾ ਜੀ ਠੀਕ ਹੈ ਜੀ ਲੋਕਾਂ ਹੈ ਤੇ ਸਲੀਖ ਸਾਹਿਬ ਮੁੱਲ ਬਿਲਕੁਲ ਜਾਇਜ਼ ਵਾ ਭਾਵੇਂ 72 ਕਰ ਲਈਏ 70 ਹਜ਼ਾਰ ਛੱਡ ਦਾਂਗੇ 70 70 ਤੋਂ ਹਾਂ 1000 ਰੁਪਏ ਛੱਡ ਦਾਂਗੇ ਇੱਧਰ ਆ ਇਹ ਵੀ ਪਹਿਲਾ ਤੋਂ ਸੂਈ ਹੈ ਜੀ ਇਹ ਵੀ ਸੂਈ ਹੈ ਠੀਕ ਹੈ ਇੰਦਰ ਦੁੱਧ ਭਾਜੀ ਇਹ ਦੇ ਕੋਲ 9 ਲੀਟਰ 9 ਕਿਲੋ ਹੀ ਹੈ ठीक है दो करो जी बजी ठीक है पहले सवेर है जी ठीक है दूजा सूए जी देखो बहुत बड़ी झूठी है जी आ देखो ਠੀਕ ਹੈ ਜੀ ਉਹਨਾਂ ਦੇ ਕਹਿਣ ਮੁਤਾਬਕ ਆ ਵੀ 16 17 ਕਿਲੋ ਦੁੱਧ ਪਹਿਲੇ ਸੂਏ ਕੱਢਿਆ ਅੱਛਾ ਪਹਿਲੇ ਸੂਏ 1-30 ਦੀ ਉਹਨਾਂ ਲਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਦੂਜਾ ਦਿਨ ਹੀ ਕੱਢਦੀ ਅੱਜ ਸੂਏ ਕੱਢ ਠੀਕ ਹੈ ਜੀ ਤੇ ਮਲਕੇ ਸੰਦੀਪ ਸਾਹਿਬ ਉਹ ਆਂਦੇ 17 ਮੈਂ ਤੇ ਆਂਦਾ ਵੀ ਦੁੱਧ 14 ਕੱਢਦੇ ਤੇ ਬੜਾ ਕਿਉਂਕਿ ਥੋੜੀ ਜੀ ਮੈਂ ਲੱਸੀ ਦਾ ਸੀ ਉਦੋਂ ਦੀ ਸੇਵਾ ਵੱਧ ਸੀ ਮੈਂ ਬਿਲਕੁਲ ਬਿਲਕੁਲ ਬਾਜੀ ਬਿਲਕੁਲ ਮੈਂ ਮਲਕੇ ਥੋੜੀ ਲੱਸੀ ਆ ਹਾਂਜੀ ਬੜਾ ਬਰੀਕੀਆਂ ਬੜੀ ਦੀ ਥੋੜੀ ਜੀ ਮੈਂ ਚੰਗੀ ਜਿੰਨੀ ਆ ਕਿ ਤਿਪਣ ਤਪਣ ਬਹੁਤ ਚੰਗੀ ਆ ਹਾਂਜੀ ਸੰਦੀਪ ਸਾਹਿਬ 75000 ਰੁਪਏ 75000 ਰੁਪਏ दो दंद है दूजा सूह जी दूजा सूह आज जी चलो जी बाई पशु है जी फिर इतने आके दो टाइम चुवाई जरूर करो पास कर लगे है ना भाजी सही है ना जी झूठ मारे कोई भी मैं नहीं आता मैं सच्चा वा जो झूठ मार के
तहसील बाबा कला जिला अमृतसर फोन नंबर 88 739 6962।